ਸਿੱਖਾਂ ਦੀ ਆਵਾਜ਼ ਸਤਲੁਜ ਟੀ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ। ਸਤਿ ਸ਼੍ਰੀ ਅਕਾਲ, ਮੈਂ ਗੁਰਿੰਦਰ ਸਿੰਘ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਨੌਰਥ ਅਮਰੀਕਾ ਨਿਊਜ਼। ਸ਼ੁਰੂਆਤ ਕਰ ਲੈਂਦੇ ਹਾਂ ਸੁਰੱਖਿਆ ਦੇ ਨਾਲ। ਬਾਇਡਨ ਅਤੇ ਟਰੰਪ ਨੇ ਇੰਡੀਆਨਾ ਪ੍ਰਾਇਮਰੀ ਚੋਣਾਂ ਵਿੱਚ ਜਿੱਤ ਕੀਤੀ ਹਾਸਲ। ਬਾਇਡਨ ਨੂੰ 58 ਅਤੇ ਟਰੰਪ ਨੂੰ 79 ਹੋਰ ਡੈਲੀਗੇਟਸ ਦਾ ਮਿਲਿਆ ਸਮਰਥਨ। ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀਆਂ ਦੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ। ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਪੁਲਿਸ ਦੇ ਵੱਲੋਂ ਫਲਸਤੀਨੀ ਸਮਰਥਕਾਂ ਦੇ ਉਖਾੜੇ ਗਏ ਤੰਬੂ। ਬ੍ਰੈਂਪਟਨ ਦੇ ਵਿੱਚ ਸਥਿਤ MDA ਟੈਕਨੋਲੋਜੀ ਕੰਪਨੀ ਦੇ ਮੁਲਾਜ਼ਮਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ। ਤਨਖਾਹਾਂ ਦੇ ਵਿੱਚ ਵਾਧੇ ਦੀ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਮੰਗ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ਦੇ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੰਡੀਆਨਾ ਸੂਬੇ ਦੇ ਵਿੱਚ ਹੋਈਆਂ ਪ੍ਰਾਇਮਰੀ ਚੋਣਾਂ ਵਿੱਚ ਆਪੋ ਆਪਣੀ ਪਾਰਟੀ ਵੱਲੋਂ ਜਿੱਤ ਦਰਜ ਕਰ ਲਈ ਹੈ। ਬਾਇਡਨ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ, ਜਦਕਿ ਟਰੰਪ ਰਿਪਬਲਿਕਨ ਪਾਰਟੀ ਦੇ। ਇਸ ਜਿੱਤ ਦੇ ਨਾਲ ਟਰੰਪ ਨੂੰ 58 ਹੋਰ ਡੈਲੀਗੇਟਸ ਦਾ ਸਮਰਥਨ ਮਿਲਿਆ ਹੈ, ਹਾਲਾਂਕਿ ਉਹ ਪਹਿਲਾਂ ਹੀ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ। ਇੰਡੀਆਨਾ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਟਰੰਪ ਇੱਕੋ ਇੱਕ ਉਮੀਦਵਾਰ ਸਨ। ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਬਾਇਡਨ ਨੇ ਇੰਡੀਆਨਾ ਦੇ ਵਿੱਚ ਸਾਰੇ 79 ਡੈਲੀਗੇਟਸ ਦਾ ਸਮਰਥਨ ਹਾਸਲ ਕਰ ਲਿਆ। ਅਮਰੀਕਾ ਦੇ ਵਿੱਚ 5 ਨਵੰਬਰ ਨੂੰ ਚੋਣਾਂ ਹੋਣੀਆਂ ਨੇ। 1912 ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਵਿੱਚ ਮੌਜੂਦਾ ਰਾਸ਼ਟਰਪਤੀ ਅਤੇ ਸਾਬਕਾ ਰਾਸ਼ਟਰਪਤੀ ਦੇ ਵਿਚਕਾਰ ਮੁਕਾਬਲਾ ਹੋਣ ਜਾ ਰਿਹਾ। ਇਸ ਵਾਰ ਦੀਆਂ ਚੋਣਾਂ ਬਹੁਤ ਹੀ ਦਿਲਚਸਪ ਬਣਦੀਆਂ ਜਾ ਰਹੀਆਂ ਨੇ। ਦੂਜੇ ਪਾਸੇ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਰਾਸ਼ਟਰਪਤੀ ਨਾ ਬਣੇ ਤਾਂ ਦੇਸ਼ ਦੇ ਵਿੱਚ ਖੂਨ ਖਰਾਬਾ ਹੋ ਜਾਵੇਗਾ। ਟਰੰਪ ਦਾ ਸਿੱਧਾ ਮੁਕਾਬਲਾ ਜੋ ਬਾਇਡਨ ਦੇ ਨਾਲ ਹੈ। ਇਸ ਵਾਰ ਸਾਬਕਾ ਅਤੇ ਮੌਜੂਦਾ ਰਾਸ਼ਟਰਪਤੀ ਆਮੋ ਸਾਹਮਣੇ ਚੋਣ ਲੜਨਗੇ। ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀਆਂ ਦੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ। ਹੁਣ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਵਿੱਚ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿੱਚ ਪੁਲਿਸ ਦੇ ਵੱਲੋਂ ਫਲਸਤੀਨੀ ਸਮਰਥਕਾਂ ਦੇ ਤੰਬੂ ਉਖਾੜ ਦਿੱਤੇ ਗਏ ਨੇ ਅਤੇ ਦਰਜਣਾਂ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਵੱਲੋਂ 2600 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਿਆ। ਦੱਸ ਦਈਏ ਕਿ ਜਦੋਂ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਵਿਦਿਆਰਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਦਿਆਰਥੀਆਂ ਨੇ ਪੁਲਿਸ ਉੱਤੇ ਮਿਰਚ ਵਾਲੀ ਸਪਰੇਅ ਦਾ ਛਿੜਕਾਅ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੂਜੇ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਮੁਅੱਤਲ ਕਰਨ ਉੱਤੇ ਵੀ ਵਿਚਾਰ ਕੀਤਾ ਜਾਵੇਗਾ, ਕਿਉਂਕਿ ਕੈਂਪਸ ਦੇ ਵਿੱਚ ਲਗਾਤਾਰ ਹੋ ਰਹੇ ਪ੍ਰਦਰਸ਼ਨਾਂ ਅਤੇ ਧਰਨਿਆਂ ਕਾਰਨ ਪੜ੍ਹਾਈ ਦੇ ਵਿੱਚ ਰੁਕਾਵਟ ਪੈ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਇਜ਼ਰਾਈਲ ਦੇ ਵੱਲੋਂ ਫਲਸਤੀਨ ਦੇ ਵਿੱਚ ਵੱਡੇ ਪੱਧਰ ਉੱਤੇ ਕਤਲੇਆਮ ਕੀਤਾ ਜਾ ਰਿਹਾ ਹੈ ਅਤੇ ਸਾਰੇ ਵਿਦਿਆਰਥੀ ਇੱਕ ਆਵਾਜ਼ ਬੁਲੰਦ ਕਰ ਰਹੇ ਨੇ ਤਾਂ ਕਿ ਅਮਰੀਕਾ ਨੂੰ ਇਜ਼ਰਾਈਲ ਦਾ ਸਮਰਥਨ ਕਰਨ ਤੋਂ ਰੋਕਿਆ ਜਾ ਸਕੇ ਅਤੇ ਫਲਸਤੀਨ ਦੇ ਵਿੱਚ ਹੋ ਰਹੇ ਇਸ ਕਤਲੇਆਮ ਨੂੰ ਕਿਤੇ ਨਾ ਕਿਤੇ ਠੱਲ ਪਵੇ। ਦੱਸ ਦਈਏ ਕਿ ਇਸ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਵੱਡੇ ਪੱਧਰ ਉੱਤੇ ਤਿਆਰੀਆਂ ਕੀਤੀਆਂ ਗਈਆਂ ਨੇ ਅਤੇ ਇਹ ਵਿਰੋਧ ਪ੍ਰਦਰਸ਼ਨ ਹੁਣ ਸਿਰਫ ਅਮਰੀਕਾ ਦੇ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਕਈ ਵੱਡੇ ਮੁਲਕਾਂ ਦੇ ਵਿੱਚ ਲਗਾਤਾਰ ਹੋ ਰਹੇ ਨੇ। Something that no one could have thought about. And I really take my hat off to them. It was a very difficult time. They coordinated with us. They communicated. They showed real leadership. And once they perceived that the danger reached a level that they no longer could take care of it,
They requested the police department to come in, and the police department, they did what they do best. They resolved the issues. And look across the country. We see what's happening across the country and how it's being handled and how it's being handled. Clearly, we're doing just that. The New York City Police Department, they're doing an amazing job, challenging the situation. Over 1,000 of protests in the city, and they're doing that. They're treating people with the humanity and dignity that they deserve under very challenging circumstances. People are throwing objects at them, are doing things that are just really, I believe, a small number just trying to aggravate the situation. And I'm really not happy of the desecration of a war memorial. You know, these memorials mean a lot to our city, to vandalize it. And some of this action, this anti-American action, it bothers me. And I'm just not going to sit back and act like it's not wrong. You know, when you have flyers that state, you know, destroy America, I thought this was about peace. What am I missing here? And so we're going to continue to be professionals. We're going to continue to protect the city. And protecting the city is not only from physical damage, it's also protecting what we represent. And I'm going to continue to be vociferous about that. Yeah, no, great programs. And it's always, when you have these good programs, it's always to try to have as much space as possible. And we're going to do an analysis of that. You know, thank God we were able to expand our summer rising and even our pre-K. These dollars were put in with stimulus, COVID stimulus dollars, and they sunset it. And trying to find that money, we were successful in doing so. But I love the concept of expanding and being creative of really opening our schools, buildings more. ਅਮਰੀਕੀ ਫੈਡਰਲ ਰਿਜ਼ਰਵ ਨੇ ਕਿਹਾ ਹੈ ਕਿ ਉਹ ਆਪਣੀ ਬੈਂਚਮਾਰਕ ਦਰ ਨੂੰ ਨਹੀਂ ਬਦਲ ਰਹੇ। ਇਹ ਇੱਕ ਅਜਿਹਾ ਫੈਸਲਾ ਹੈ ਜਿਸ ਦੀ ਅਰਥਸ਼ਾਸਤਰੀਆਂ ਅਤੇ ਵਾਲ ਸਟ੍ਰੀਟ ਵੱਲੋਂ 2024 ਦੇ ਪਹਿਲੇ 3 ਮਹੀਨਿਆਂ ਦੌਰਾਨ ਮਹਿੰਗਾਈ ਵਧਣ ਤੋਂ ਬਾਅਦ ਉਮੀਦ ਕੀਤੀ ਗਈ ਸੀ। ਫੈਡ ਨੇ ਕਿਹਾ ਹੈ ਕਿ ਉਹ ਫੈਡਰਲ ਵੰਡ ਦਰ ਨੂੰ 5.25% ਤੋਂ 5.5% ਦੀ ਰੇਂਜ ਉੱਤੇ ਰੱਖ ਰਿਹਾ ਹੈ। ਫੈਡ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਵਾਰ ਵਾਰ ਕਿਹਾ ਹੈ ਕਿ ਕੇਂਦਰੀ ਬੈਂਕ ਦਰਾਂ ਨੂੰ ਬਹੁਤ ਜਲਦੀ ਘਟਾਉਣ ਅਤੇ ਕੀਮਤਾਂ ਦੇ ਵਾਧੇ ਦਾ ਕਾਰਨ ਬਣਨ ਦੀ ਬਜਾਏ ਸਾਲਾਨਾ ਆਧਾਰ ਉੱਤੇ ਮਹਿੰਗਾਈ ਦਰ ਨੂੰ 2% ਤੱਕ ਕਰਨ ਲਈ ਦਰਾਂ ਨੂੰ ਉੱਚਾ ਰੱਖਣ ਨੂੰ ਤਰਜੀਹ ਦਿੰਦਾ ਹੈ। ਫੈਡ ਵੱਲੋਂ ਵਿਆਜ ਦਰਾਂ ਦੇ ਵਿੱਚ ਵਾਧੇ ਦੇ ਬਾਵਜੂਦ ਉੱਚ ਹਾਊਸਿੰਗ ਅਤੇ ਗੈਸੋਲੀਨ ਦੀਆਂ ਕੀਮਤਾਂ ਦੇ ਕਾਰਨ ਇੱਕ ਸਾਲ ਪਹਿਲਾਂ ਨਾਲੋਂ ਮਾਰਚ ਵਿੱਚ ਕੀਮਤਾਂ 3.5% ਵਧੀਆਂ ਹਨ। The economy has made considerable progress toward our dual mandate objectives. Inflation has eased substantially over the past year, while the labor market has remained strong. And that's very good news. But inflation is still too high. Further progress in bringing it down is not assured, and the path forward is uncertain. We are fully committed to returning inflation to our 2% goal. Restoring price stability is essential to achieve a sustainably strong labor market that benefits all. Today, the FOMC decided to leave our policy interest rate unchanged and to continue to reduce our securities holdings, though at a slower pace. Our restrictive stance of monetary policy has been putting downward pressure on economic activity and inflation, and the risks to achieving our employment and inflation goals have moved toward better balance over the past year.
However, in recent months, inflation has shown a lack of further progress toward our 2% objective, and we remain highly attentive to inflation risks. I'll have more to say about monetary policy after briefly reviewing economic developments. Recent indicators suggest that economic activity has continued to expand at a solid pace. Although GDP growth moderated from 3.4% in the fourth quarter of last year to 1.6% in the first quarter, private domestic final purchases, which excludes inventory investment, government spending, and net exports, and usually sends a clearer signal on underlying demand, was 3.1% in the first quarter, as strong as the second half of 2023. Consumer spending has been robust over the past several quarters, even as high interest rates have weighed on housing and equipment investment. Improving supply conditions have supported resilient demand and the strong performance of the U.S. economy over the past year. The labor market remains relatively tight, but supply and demand conditions have come into better balance. Payroll job gains averaged 276,000 jobs per month in the first quarter, while the unemployment rate remains low at 3.8%. Strong job creation over the past year has been accompanied by an increase in the supply of workers, reflecting increases in participation among individuals aged 25 to 54 years and a continued strong pace of immigration. ਕੈਨੇਡਾ ਦੀ ਵਿਦੇਸ਼ ਮੰਤਰੀ ਮਿਲਾਨੀ ਜੋਲੀ ਨੇ ਕਿਹਾ ਹੈ ਕਿ ਕੈਨੇਡਾ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ਉੱਤੇ ਕਾਇਮ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜੋਲੀ ਨੇ ਕਿਹਾ ਹੈ ਕਿ ਭਾਈ ਨਿੱਜਰ ਦੀ ਹੱਤਿਆ ਦੀ ਜਾਂਚ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਹੈ ਕਿ ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਕੋਈ ਕਸਰ ਨਹੀਂ ਛੱਡੇਗਾ। ਅਸੀਂ ਉਹਨਾਂ ਦੋਸ਼ਾਂ ਉੱਤੇ ਕਾਇਮ ਹਾਂ ਕਿ ਕੈਨੇਡੀਅਨ ਜ਼ਮੀਨ ਉੱਤੇ ਭਾਰਤੀ ਏਜੰਟਾਂ ਵੱਲੋਂ ਕੈਨੇਡੀਅਨ ਦੀ ਹੱਤਿਆ ਕੀਤੀ ਗਈ ਸੀ। ਇਸ ਦੀ RCMP ਜਾਂਚ ਕਰ ਰਹੀ ਹੈ। ਜੌਲੀ ਨੇ ਕਿਹਾ ਹੈ ਕਿ ਮੈਂ ਅੱਗੇ ਕੋਈ ਟਿੱਪਣੀ ਨਹੀਂ ਕਰਾਂਗੀ। ਦੱਸ ਦਈਏ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਤਿੰਨ ਭਾਰਤੀ ਨਾਗਰਿਕਾਂ ਨੂੰ ਵਰਚੁਅਲ ਕੈਨੇਡੀਅਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇਹਨਾਂ ਵਿੱਚ ਇੱਕ ਦੋਸ਼ੀ ਦਾ ਸਬੰਧ ਪੰਜਾਬ ਦੇ ਬਠਿੰਡਾ ਦੇ ਨਾਲ ਦੱਸਿਆ ਜਾ ਰਿਹਾ ਹੈ। Canada's position has always been clear. Our job is to protect Canadians, and we stand by the allegations that a Canadian was killed on Canadian soil by Indian agents. Now, the investigation by the RCMP is being done. I won't further comment, and no other officials from our government will further comment. What I'm telling, though, on the question of the relationship with India is I think that it's always better when diplomacy remains in private, and Canada will continue to stand by first protecting Canadians, making sure that we also protect our sovereignty, and in the end, also, we need to protect our rule of law. ਕੈਨੇਡੀਅਨ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਡਰੱਗ ਓਵਰਡੋਜ਼ ਮਾਮਲੇ ਉੱਤੇ ਘੇਰਦੇ ਹੋਏ ਨਜ਼ਰ ਆਏ। ਪੀਅਰੇ ਪੋਲੀਵਰ ਨੇ ਕਿਹਾ ਹੈ ਕਿ ਦੇਸ਼ ਵਿੱਚ ਡਰੱਗ ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ ਹੈ ਅਤੇ ਟਰੂਡੋ ਵੱਲੋਂ ਇਸ ਸੰਬੰਧੀ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ। ਟਰੂਡੋ ਨਾਗਰਿਕਾਂ ਦੀ ਜ਼ਿੰਦਗੀ ਤਬਾਹ ਕਰ ਰਹੇ ਨੇ, ਉਹਨਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਨੇ। ਦੱਸ ਦਈਏ ਕਿ ਡਰੱਗ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਅਤੇ ਕੈਨੇਡਾ ਵਿੱਚ ਇਹ ਇੱਕ ਗੰਭੀਰ ਮੁੱਦਾ ਬਣਦਾ ਜਾ ਰਿਹਾ। Prime Minister refusing to rule out future decriminalization across the country that has just failed in BC. He's now just announced he plans to spend even more tax dollars on narcotic opioids. According to the Vancouver Chief of Police, 50% of the recovered hydromorphone was originated with government programs handing it out as so-called safe supply.
This program has led to a 166% increase in drug deaths across the country since it was brought in. Why won't he accept my common sense plan to stop giving out deadly drugs and start giving out treatment? I don't know that any Canadian would think that adding more ideology to our approach to public health, dealing with the opioids epidemic, is a solution. Yet that's the only thing that the Conservative Party seems to offer. We will continue to be grounded in a compassionate, science-based approach that works with local partners, that attempts to provide the kinds of wraparound services, whether it's housing, whether it's healthcare, whether it's addiction treatment and recovery, whether it's culturally appropriate services for those who need it. We will continue to be there to help heal people, not imprison them. They are there to help kill people right now. That's exactly what they're doing. And not only is his policy killing people, but this Prime Minister is by far the most radical ideologue who's ever occupied that job. Yes. But always with these radical policies comes profiteering. The companies that are making the money off of the opioids that are funded by Canadian taxpayers, and it is indeed sick, Mr. Speaker. Will the Prime Minister agree to release all of the contracts for those pharmaceutical companies? We are facing right across the country a toxic drug and opioid epidemic that is taking lives left, right, and center, that is hurting communities, that is hurting family members who are losing loved ones at an alarming rate, that is something we need to respond to. And we have continued to work. ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਰੀਆਂ ਜਨਤਕ ਥਾਵਾਂ ਉੱਤੇ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਉੱਤੇ ਪਾਬੰਦੀ ਲਗਾਉਣ ਲਈ ਡਰੱਗਜ਼ ਅਤੇ ਸਬਸਟੈਂਸ ਐਕਟ ਦੇ ਵਿੱਚ ਸੋਧ ਕਰਨ ਲਈ ਸੰਘੀ ਪ੍ਰਵਾਨਗੀ ਪ੍ਰਾਪਤ ਹੋਈ ਹੈ। ਸੂਬਾਈ ਜਨਤਕ ਸੁਰੱਖਿਆ ਮੰਤਰੀ ਫੈਨ ਹੇਫੂ ਨੇ ਕਿਹਾ ਹੈ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਵਰਤੋਂ ਨੂੰ ਖਤਮ ਕਰਨ ਦੀ ਸਮਰੱਥਾ ਹੈ। ਹਾਲਾਂਕਿ ਕੁਝ ਸੰਸਥਾਵਾਂ ਜੋ ਨਸ਼ੇ ਦੀ ਵਰਤੋਂ ਦਾ ਸਮਰਥਨ ਕਰਦੀਆਂ ਨੇ, ਉਹਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਸੂਬਾਈ ਸਰਕਾਰ ਦੀ ਬੇਨਤੀ ਸਿਰਫ ਅਕਤੂਬਰ ਦੇ ਵਿੱਚ ਸੂਬਾਈ ਚੋਣਾਂ ਵਿੱਚ ਸਮਰਥਨ ਹਾਸਲ ਕਰਨ ਲਈ ਹੈ। Let Canadians know that we have granted BC's request for an amendment to their proposal. We have said yes, and it is effective immediately. That means that the proposal that was put forward to us by the government of BC to amend the public use consumption under the Section 56, the amendment has been granted. What lessons will you take from that for other potential applications of the go forward on this policy? So let's be clear, the BC pilot is the only pilot in Canada at this time. We've moved forward with BC on this with a clear lens on public health and public safety, because we know that we need to address the opioid crisis and the overdose deaths that we're seeing as a public health issue. This is a health crisis, not a criminal one. That being said, communities need to be safe. People need to have confidence that in their own communities they can move about freely and feel comfortable and engaged. But we also want to make sure that those who are using drugs also have safety and have healthcare services to support them so that we can save lives. What's been happening over the past week and a half? Can you tell us more about some of the issues you needed to address before you could say, yes, you can recriminalize public use? So let's be clear. Decriminalization is not the cause of the overdose deaths that we're seeing. It is the illegal toxic drug supply that is killing people. It is a poison supply and it is highly dangerous. Moving forward to any kind of pilot like the one in BC, we know that we have to have a balance.
public safety and public health. That means there needs to be sufficient health services in place, scaled out to meet people where they're at, and also law enforcement to have the tools that they need to ensure that public safety is a priority. And then in the case of public consumption, that there shouldn't be disturbances to the public for those who are going about their daily lives. We want to make sure that we look at this from a human-centered lens, that we are compassionate, that we are collaborative, and that we are working with provincial jurisdictions to ensure that health and safety supports are both in place. So were there not enough supports in place in the example of BC? Like, to my colleague's question, what lessons can be learned from the fact that 1 year into this, you're already having to make tweaks and amendments and recriminalize in public spaces in certain places? So we went into this with BC when the proposal went into place last year. We always said from the get-go we would be analyzing, we would be monitoring, we would be assessing as we go along. ਬ੍ਰੈਂਪਟਨ ਦੇ ਵਿੱਚ ਸਥਿਤ MDA ਟੈਕਨੋਲੋਜੀ ਕੰਪਨੀ ਦੇ ਮੁਲਾਜ਼ਮਾਂ ਦੇ ਇੱਕ ਸਮੂਹ ਨੇ ਲਗਾਤਾਰ ਪਿਛਲੇ 40 ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ। ਇਹ ਮੁਲਾਜ਼ਮ ਆਪਣੀ ਕੰਪਨੀ ਤੋਂ ਆਪਣੀ ਤਨਖਾਹ ਦੇ ਵਿੱਚ ਸਾਲਾਨਾ 4% ਵਾਧੇ ਉੱਤੇ ਅੜੇ ਹੋਏ ਨੇ, ਜਦਕਿ ਇਹਨਾਂ ਅਨੁਸਾਰ ਇਹਨਾਂ ਦੀ ਕੰਪਨੀ ਸਿਰਫ 2.5% ਤੱਕ ਹੀ ਵਾਧਾ ਦੇਣ ਲਈ ਸਹਿਮਤ ਹੋਈ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਵੱਧ ਰਹੀ ਮਹਿੰਗਾਈ ਕਾਰਨ ਉਹਨਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਿਆ, ਜਿਸ ਕਾਰਨ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਤਨਖਾਹ ਦੇ ਵਿੱਚ ਵਾਧੇ ਦੀ ਮੰਗ ਉੱਠ ਰਹੀ ਹੈ। ਹਰੇਕ ਕੰਪਨੀਜ਼ ਨੂੰ ਵੇਜਿਸ ਇਨਕਰੀਮੈਂਟ ਮਿਲਦਾ ਹੈ ਐਵਰੀ ਈਅਰ, ਬਟ ਸਾਡਾ ਲੋਕਡ ਇਨ ਹੋ ਜਾਂਦਾ ਆ ਥ੍ਰੀ ਈਅਰਸ ਲਈ, ਬਿਕੋਜ਼ ਡਿਊ ਟੂ ਲਾਈਕ ਯੂਨੀਅਨ ਕੰਟਰੈਕਟਸ, ਐਂਡ ਅਸੀਂ ਅਕਤੂਬਰ ਤੋਂ ਨੈਗੋਸੀਏਸ਼ਨ ਚੱਲ ਰਹੀ ਹੈ। ਇਹ ਲਾਈਕ ਐਕਚੁਅਲੀ 2.5 ਬਹੁਤ ਲੈਸ ਆ, ਆਈ ਥਿੰਕ 4% ਜੈਨੂਇਨ ਆ, ਅਤੇ ਮੈਨੂੰ ਤਾਂ ਯੂਨੀਅਨ ਦੀ ਡਿਮਾਂਡ ਜੈਨੂਇਨ ਲੱਗਦੀ ਆ। ਸੋ ਆਈ ਥਿੰਕ ਕਿਉਂਕਿ ਇਨਫਲੇਸ਼ਨ ਵਗੈਰਾ ਬਹੁਤ ਹਾਈ ਹੋਇਆ, ਇਨਫਲੇਸ਼ਨ ਮੋਰਗੇਜ ਇੰਟਰਸਟ ਰੇਟ ਸਾਰੇ ਹਾਈ ਹੈ, ਸੋ ਆਈ ਥਿੰਕ ਯੂਨੀਅਨ ਦੀ ਡਿਮਾਂਡ ਜੈਨੂਇਨ ਆ, ਕੰਪਨੀ ਨੂੰ ਐਕਸੈਪਟ ਕਰ ਲੈਣੀ ਚਾਹੀਦੀ। Thing on our pension and freeze our COLA. So those are the main issues that we're on right now. There's a little bit of background on pensions, or sorry, benefits that are an issue, but it's just been difficult because they won't even talk to us right now. They won't even open up a line of communication. ਕਿੰਨੀਆਂ ਸਾਰਿਆਂ ਦੀਆਂ ਮੋਰਗੇਜ ਪੇਮੈਂਟਸ ਡਿਊ ਹੈਗੀਆਂ, ਕਿੰਨੇ ਬਿਲਸ ਹੁੰਦੇ ਆ, ਈਵਨ ਗੈਸ ਪ੍ਰਾਈਸਿਸ ਕਿੰਨੇ ਹਾਈ ਹੋ ਚੁੱਕੇ ਆ, ਸੋ ਅਸੀਂ ਬਿਨਾ ਪੇ ਤੋਂ ਬੈਠੇ ਹੋਏ ਆ ਬਾਹਰ। ਲਾਈਕ ਫਿਰ ਉਸੀ ਗੱਲ ਦਾ ਹੈਗਾ ਕਿ ਦਿਸ ਇਜ਼ ਰੀਅਲੀ ਡਿਸਰਿਸਪੈਕਟਫੁਲ ਨਾ। ਤੇ ਕੰਪਨੀ ਨੇ ਤੁਹਾਨੂੰ ਕਿਹਾ ਵੀ ਆ ਕੇ ਕੰਮ ਕਰੋ? ਕੁਛ ਨਹੀਂ ਕਿਹਾ, ਸਾਡੇ ਕਦੀ ਕੋਈ ਨਹੀਂ ਆਇਆ, ਕਿਸੇ ਕੋਈ ਕਮਿਊਨੀਕੇਸ਼ਨ ਨਹੀਂ ਹੋ ਰਿਹਾ। ਦਿਸ ਪਰਟੀਕੂਲਰ ਬ੍ਰਾਂਚ ਆਲਸੋ ਹੈਜ਼ ਦ ਕੰਟਰੈਕਟ ਫਾਰ ਦ ਨਿਊ ਗੇਟਵੇ ਸਿਸਟਮ ਕੈਨੇਡੀਅਨ ਆਰਮ। ਵੀ ਗੋਇੰਗ ਟੂ ਬੀ ਕੰਟਰੈਕਟਡ ਟੂ ਬਿਲਡ ਅ ਲਾਰਜ ਆਰਮ ਐਂਡ ਅ ਸਮਾਲ ਆਰਮ, ਐਂਡ ਦਿਸ ਗਰੁੱਪ ਯੂ ਸੀ ਬਿਹਾਈਂਡ ਮੀ ਵਾਕਿੰਗ ਅਰਾਊਂਡ, ਵੀ ਆਰ ਦ ਵਨਸ ਦੈਟ ਡੀਲ ਵਿਦ ਇਟ। We've got technicians here, we've got the operational support staff, and the company is just, they're treating us like low-level workers right now. ਅਮਰੀਕਾ ਦੇ ਨਾਲੋਂ ਨਾਲ ਹੁਣ ਕੈਨੇਡਾ ਅੰਦਰ ਕਈ ਹਫ਼ਤਿਆਂ ਤੋਂ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਪੋਸਟ ਸੈਕੰਡਰੀ ਸੰਸਥਾਵਾਂ ਦੇ ਵਿੱਚ ਕੈਂਪ ਸਥਾਪਿਤ ਕੀਤੇ ਹੋਏ ਨੇ। ਸਾਊਥ ਏਸ਼ੀਅਨ ਮੂਲ ਦੇ ਕਈ ਸਟੂਡੈਂਟਸ ਵੀ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਸਮਰਥਨ ਦੇ ਰਹੇ ਨੇ। ਇਸ ਦੌਰਾਨ ਜਿੱਥੇ ਇਹਨਾਂ ਕੈਂਪਾਂ ਕਾਰਨ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਦੀ ਪਰੇਸ਼ਾਨੀ ਵਧੀ ਹੋਈ ਹੈ, ਉੱਥੇ ਹੀ ਟੋਰਾਂਟੋ ਯੂਨੀਵਰਸਿਟੀ ਦੇ ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਇੱਥੋਂ ਨਹੀਂ ਹਿੱਲਣਗੇ ਜਦੋਂ ਤੱਕ ਪ੍ਰਬੰਧਕ ਉਹਨਾਂ ਦੀਆਂ ਮੰਗਾਂ ਨਹੀਂ ਸੁਣਦੇ। Experts in digital and urban security on our campus have confirmed that Toronto Police Service are using audio and visual monitoring, night vision, to surveil the camp, to surveil their students, faculty and staff on their own campus, likely including facial recognition technologies.
Our legal and human rights scholars at the University of Toronto believe this form of policing likely contravenes human and labor rights and collective agreements for faculty, staff workers, and students, and also turns the university from a space of free exchange of ideas into a space of the criminalization of dissent that contravenes the purpose of the university. Divestment from all companies that provide military goods or services to Israel. This demand is rooted in the fact that 3-4 महीने से हमारे सारे हाईएस्ट कोर्ट्स वर्ल्ड के ICJ, Amnesty, Human Rights Watch सब लोग बोल रहे हैं कि जो हो रहा है ये इलीगल है, ह्यूमैनिटेरियन वॉर क्राइम्स हैं, याडा याडा बोलते रहते हैं. जून में अभी रूलिंग भी आएगी सेटलमेंट्स के बारे में. तो हमारी डिमांड बस ये है कि ये यूनिवर्सिटी एक बैस्टियन है वेस्टर्न, ये हमारे सारे ग्रुप्स के ना, UN का बैस्टियन, हम ट्रेन करते हैं इन लोग को, तो सुन क्यों नहीं रहे उनकी बात. तो वोट हमारी पहली डिमांड कि सुनो उनकी बात और हमारे इन्वेस्टमेंट हटाओ इन कंपनी से, क्योंकि दे आर सपोर्टिंग समथिंग दैट इज इलीगल. नंबर टू आर डिमांड इज वी वांट अ टर्मिनेशन ऑफ ऑल एकेडमिक पार्टनरशिप्स विद इजरायली यूनिवर्सिटीज. हमारे यूनिवर्सिटी के ऑलमोस्ट $4 बिलियन एंडाउमेंट है, उसके अलावा $4 बिलियन के शॉर्ट टर्म वर्किंग कैपिटल है, उसके अलावा और भी मतलब बहुत एसेट्स हैं. हमें कुछ भी नहीं पता उन एसेट्स के बारे में. क्या वो एसेट्स हमारी अभी इजरायली अपार्टेड में इन्वेस्टेड हैं? हमें नहीं पता. क्या वो एसेट्स नहीं इन्वेस्टेड है? क्या हम अपना टाइम वेस्ट कर रहे हैं यहाँ पे? अगर टाइम वेस्ट कर रहे हैं तो डिस्क्लोजर दो, बताओ कि नहीं है इन्वेस्टमेंट. जी तो अभी समर सेमेस्टर चल रहा है, अभी अभी शुरू हुआ है. बहुत सारे स्टूडेंट्स हैं जो यहाँ से ही अपना कोर्स वर्क कर रहे हैं. देर अदर स्टूडेंट्स जिनने सब कुछ पॉज पे रखा हुआ है. समर यू नो प्रोग्राम्स, ट्रैवल प्लान्स, मतलब जो भी उनको करना था उनने बिल्कुल पॉज करके वो लोग सब यहाँ आ गए. हम स्टूडेंट्स ट्रूली ये प्रायोरिटी कर रहे हैं ओवर अदर थिंग्स इन लाइफ, अगर हमारे पास प्रिविलेज है टू डू सो. लेकिन जो कर सकते हैं, जो वर्चुअली काम कर सकते हैं, वो लोग बिल्कुल कर रहे हैं, क्योंकि हमारे कोई इंटेंशन नहीं है यहाँ से जाने का. हम यहाँ रहेंगे जब तक हमारे डिमांड्स एक्नॉलेज होंगे और अंटिल देयर मैट. जल्दी जल्दी एक बार फिर नजर मारते हैं सुर्खियां होते हैं. बाइडेन ते ट्रंप ने इंडियाना प्राइमरी चोणां विच जित कीती हासिल. बाइडेन नूं 58 अते ट्रंप नूं 79 हो डेलीगेट्स दा मिलिया समर्थन. ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀਆਂ ਦੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ. ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਪੁਲਿਸ ਦੇ ਵੱਲੋਂ ਫਲਸਤੀਨੀ ਸਮਰਥਕਾਂ ਦੇ ਉਖਾੜੇ ਗਏ ਤੰਬੂ. ਬ੍ਰੈਂਪਟਨ ਦੇ ਵਿੱਚ ਸਥਿਤ MDA ਟੈਕਨੋਲੋਜੀ ਕੰਪਨੀ ਦੇ ਮੁਲਾਜ਼ਮਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ. ਤਨਖਾਹਾਂ ਦੇ ਵਿੱਚ ਵਾਧੇ ਦੀ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਮੰਗ. ਇਹ ਸਨ ਹੁਣ ਤੱਕ ਦੀਆਂ ਨੌਰਥ ਅਮਰੀਕਾ ਨਿਊਜ਼. ਜਲਦੀ ਮਿਲਦੇ ਹਾਂ, ਤਦ ਤੱਕ ਲਈ ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ.